ਖੂਬਸੂਰਤੀ ਦੇ ਇਸ ਦੌਰ ਦੇ ਵਿੱਚ ਕੌਣ ਨਹੀਂ ਚਾਹੁੰਦਾ ਖੂਬਸੂਰਤ ਦੇਖਣਾ, ਬਟ ਖੂਬਸੂਰਤ ਦੇਖਣ ਲਈ ਤੁਹਾਨੂੰ ਕੀ ਕੀ ਕਰਨਾ ਪੈਂਦਾ? ਓਬਵੀਅਸਲੀ ਫਸਟ ਆਫ ਆਲ ਤਾਂ ਇੱਕ ਵਧੀਆ ਜਿਹਾ ਸੈਲੂਨ ਲੱਭਣਾ ਪੈਂਦਾ। ਬਿਲਕੁਲ ਮੈਂ ਲੱਭ ਰਹੀ ਹਾਂ ਜੀ ਲੇਅਰ ਸੈਲੂਨ ਐਂਡ ਅਕੈਡਮੀ ਗੜਸ਼ੰਕਰ ਰੋਡ ਬਲਾਚੌਰ ਦੇ ਵਿੱਚ। ਇਸ ਵਕਤ ਮੈਂ ਪਹੁੰਚੀ ਹਾਂ ਅਤੇ ਆਪਾਂ ਚੱਲਦੇ ਹਾਂ ਜੀ ਇਸ ਲੇਅਰ ਸੈਲੂਨ ਐਂਡ ਅਕੈਡਮੀ ਦੇ ਅੰਦਰ। ਸਰਵਿਸਿਜ਼ ਦੀ ਜੇ ਗੱਲ ਕਰਾਂ ਤਾਂ ਇਹ ਜ਼ਰੂਰ ਕਹੂੰਗੀ ਕਿ ਸਰਵਿਸਿਜ਼ ਨੂੰ ਦੇਖਣ ਦੇ ਲਈ ਆਪਾਂ ਜਾਣਾ ਪਊਗਾ ਇਸ ਸੈਕਸ਼ਨ ਦੇ ਵਿੱਚ। ਇਸ ਟਾਈਮ ਮੈਂ ਖੜੀ ਹਾਂ ਜੀ ਹੇਅਰ ਸੈਕਸ਼ਨ ਦੇ ਵਿੱਚ, ਔਰ ਖਾਸ ਗੱਲ ਇਹ ਹੈ ਕਿ ਜਦੋਂ ਅਸੀਂ ਅਕੈਡਮੀ ਐਂਡ ਸਲੂਨ ਦੀ ਗੱਲ ਕਰਦੇ ਹਾਂ ਤਾਂ ਅਸੀਂ ਇਹ ਸੋਚਦੇ ਹਾਂ ਕਿ ਪਤਾ ਨਹੀਂ ਜਿਹੜੇ ਸਾਡੇ ਟ੍ਰੇਨਰ ਹੋਣਗੇ ਉਹ ਕਿਵੇਂ ਦੇ ਹੋਣਗੇ, ਬਟ ਮੈਨੂੰ ਇਹ ਦੱਸਦੇ ਹੋਏ ਬੜੀ ਖੁਸ਼ੀ ਹੋ ਰਹੀ ਕਿ ਜਿਹੜੇ ਇੱਥੋਂ ਦੇ ਐਮਡੀ ਨੇ ਸਰ ਇਵਨ ਆਪ ਮੌਜੂਦ ਨੇ ਇਸ ਹੇਅਰ ਸੈਕਸ਼ਨ ਦੇ ਵਿੱਚ, ਔਰ ਬੱਚਿਆਂ ਨੂੰ ਜਦੋਂ ਵੀ ਟ੍ਰੇਨਿੰਗ ਦਿੱਤੀ ਜਾਂਦੀ ਹੈ ਉਹਨਾਂ ਨੂੰ ਸਰ ਆਪ ਕੋਲ ਖੜ੍ਹੇ ਹੋ ਕੇ ਆਪਣੇ ਆਸ ਪਾਸ ਉਹਨਾਂ ਨੂੰ ਗਾਈਡ ਕਰਦੇ ਨੇ, ਉਹਨਾਂ ਨੂੰ ਦੱਸਦੇ ਨੇ ਕਿ ਐਕਚੁਅਲ ਦੇ ਵਿੱਚ ਜਿਹੜਾ ਵੀ ਟ੍ਰੀਟਮੈਂਟ ਆ ਕਿਸੇ ਵੀ ਤਰੀਕੇ ਦਾ ਚਾਹੇ ਉਹ ਹੋਵੇ ਉਹ ਕਿਵੇਂ ਕਰਨਾ, ਔਰ ਪ੍ਰੈਕਟੀਕਲ ਨੌਲੇਜ ਜਿਹੜੀ ਆ ਉਹ ਬਕਾਇਦਾ ਅਪ ਟੂ ਡੇਟ ਦਿੱਤੀ ਜਾਂਦੀ ਹੈ। ਵੈਲ ਜੇਕਰ ਅਸੀਂ ਸਰਵਿਸਿਜ਼ ਦੀ ਗੱਲ ਕਰੀਏ ਜਾਂ ਪੋਕਿਟ ਫਰੈਂਡਲੀ ਸਰਵਿਸਿਜ਼ ਦੀ ਗੱਲ ਕਰੀਏ ਤਾਂ ਡੈਫੀਨੇਟਲੀ ਬਿਲਕੁਲ ਰੀਜ਼ਨੇਬਲ ਰੇਟ 'ਤੇ ਹਰ ਇੱਕ ਜਿਹੜੀ ਸਰਵਿਸ ਆ ਉਹ ਇਸ ਲੇਅਰ ਅਕੈਡਮੀ ਐਂਡ ਸਲੂਨ ਦੇ ਵਿੱਚ ਦਿੱਤੀ ਜਾਂਦੀ ਹੈ। ਲੇਅਰ ਸਲੂਨ ਦੇ ਮੇਕਅਪ ਫਿਲਾ ਦੇ ਵਿੱਚ ਇਸ ਵਕਤ ਮੈਂ ਖੜੀ ਹਾਂ ਅਤੇ ਮੇਰੇ ਨਾਲ ਇੱਕ ਚੱਲ ਰਿਹਾ ਸਕਿਨ ਟ੍ਰੀਟਮੈਂਟ, ਫੇਸ਼ੀਅਲ ਹੋ ਰਿਹਾ, ਬਟ ਇਹ ਇਕਵਿਪਮੈਂਟ ਕੀ ਹੈ ਔਰ ਇਹਦੀ ਕੀ ਫੰਕਸ਼ਨਿੰਗ ਹੈ ਇਹ ਆਪਾਂ ਪੁੱਛਦੇ ਹਾਂ ਜੀ ਮੈਮ ਤੋਂ। ਮੈਮ ਇਹ ਕੀ ਚੀਜ਼ ਹੈਗੀ ਹੈ? ਮੈਮ ਮੰਗਲ ਵੈਰਿੰਗ ਟ੍ਰੀਟਮੈਂਟ ਹੈ, ਐਂਟੀ ਏਜਿੰਗ ਸਕਿਨ ਲਈ ਰਿਮੂਵ ਹੋ ਜਾਂਦੀ ਹੈ ਨਾ ਇਹ, ਔਰ ਬਲੈਮਿਸ਼ ਜਿਹੜੀਆਂ ਆਪਣੀਆਂ ਚੀਕਸ 'ਤੇ ਹੁੰਦੀਆਂ ਉਹ ਰਿਮੂਵ ਹੋ ਜਾਂਦੀਆਂ। ਲੇਅਰ ਸਲੂਨ ਐਂਡ ਅਕੈਡਮੀ ਦੇ ਐਮ ਟੀ ਮਿਸਟਰ ਗੁਰਪ੍ਰੀਤ ਇਸ ਵਕਤ ਮੇਰੇ ਨਾਲ ਨੇ। ਸਰ ਕੀ ਹਾਲ ਚਾਲ ਹੈ? ਬਹੁਤ ਵਧੀਆ ਮੈਮ, ਠੀਕ ਠਾਕ। ਸਰ ਲੇਅਰ ਸਲੂਨ ਤੁਸੀਂ ਕਦੋਂ ਖੋਲਿਆ ਸੀ? ਲੇਅਰ ਸਲੂਨ ਦੀ ਓਪਨਿੰਗ 2017 ਦੇ ਅਗਸਤ ਦੇ ਵਿੱਚ ਹੋਈ ਸੀਗੀ ਇਹਦੀ ਓਪਨਿੰਗ। ਹਾਂਜੀ ਜੀ। ਬਲਾਚੌਰ ਦੇ ਲੋਕ ਕਿੰਨਾ ਕੁ ਪਸੰਦ ਕਰ ਰਹੇ ਨੇ ਲੇਅਰ ਸਲੂਨ ਐਂਡ ਅਕੈਡਮੀ ਨੂੰ, ਔਰ ਜ਼ਿਆਦਾਤਰ ਸਰਵਿਸ ਕਿਸ ਚੀਜ਼ ਦੀ ਲਈ ਜਾਂਦੀ ਹੈ? ਬਲਾਚੌਰ ਦੇ ਕਲਾਇੰਟ ਕਾਫੀ ਇਸ ਨੂੰ ਪਸੰਦ ਕਰ ਰਹੇ ਨੇ, ਸਾਡੇ ਕੋਲ ਜ਼ਿਆਦਾ ਮੇਕਅਪ ਅਤੇ ਹੇਅਰ ਦੀ ਸਰਵਿਸ ਜ਼ਿਆਦਾ ਅਸੀਂ ਪ੍ਰੋਵਾਈਡ ਕਰ ਰਹੇ ਹਾਂ ਅਤੇ ਬਹੁਤ ਖੁਸ਼ ਹੋ ਕੇ ਲੋਕ ਲੈ ਰਹੇ ਨੇ ਜੀ। ਅੱਛਾ, ਮੈਂ ਇੱਥੇ ਮੈਮ ਨਾਲ ਗੱਲ ਕਰ ਰਹੀ ਸੀ, ਇੱਕ ਤੁਹਾਡੇ ਕਸਟਮਰ ਆਏ ਹੋਏ ਸੀਗੇ, ਉਹਨਾਂ ਤੋਂ ਪਤਾ ਲੱਗਿਆ ਕਿ ਇੱਥੋਂ ਦੇ ਜਿਹੜੇ ਰੇਟਸ ਨੇ ਬੜੇ ਜੈਨੂਇਨ ਨੇ, ਅਤੇ ਕੀ ਖਾਸ ਔਫਰਸ ਹੁੰਦੀਆਂ ਨੇ ਤੁਹਾਡੀਆਂ, ਪੈਕੇਜਸ ਹੁੰਦੀਆਂ ਨੇ ਖਾਸ ਤੌਰ 'ਤੇ ਲੇਡੀਜ਼ ਦੇ ਲਈ? ਜੀ ਬਿਲਕੁਲ, ਪ੍ਰਾਈਸ ਸਾਡੇ ਬੜੇ ਰੀਜ਼ਨੇਬਲ ਨੇ, ਮਿਡਲ ਕਲਾਸ ਲਈ ਬਹੁਤ ਵਧੀਆ ਪ੍ਰਾਈਸ ਨੇ। ਅਸੀਂ ਟਾਈਮ ਟੂ ਟਾਈਮ ਪੈਕੇਜ ਨਿਕਾਲਦੇ ਰਹਿੰਦੇ ਹਾਂ, ਵਿੰਟਰ ਲਈ ਅਲੱਗ ਅਤੇ ਸਮਰ ਲਈ ਅਲੱਗ। ਅੱਛਾ, ਜਦੋਂ ਅਸੀਂ ਗੱਲ ਕਰਦੇ ਹਾਂ ਪ੍ਰੋਫੈਸ਼ਨਲ ਐਜੂਕੇਸ਼ਨ ਦੀ ਜਾਂ ਪ੍ਰੈਕਟੀਕਲ ਨੌਲੇਜ ਦੀ, ਤੁਹਾਨੂੰ ਕੀ ਲੱਗਦਾ ਕਿ ਅੱਜ ਕੱਲ੍ਹ ਪ੍ਰੈਕਟੀਕਲ ਨੌਲੇਜ ਜਿਹੜੀ ਉਹ ਥਿਊਰੀ ਨਾਲੋਂ ਜ਼ਿਆਦਾ ਕੰਪਲਸਰੀ ਹੈ? ਜੀ ਬਿਲਕੁਲ, ਪ੍ਰੈਕਟੀਕਲ ਕਰਨ ਦੇ ਨਾਲ ਹੀ ਉਹਨਾਂ ਨੂੰ ਨੌਲੇਜ ਮਿਲੇਗੀ, ਅਤੇ ਜਿੰਨਾ ਜ਼ਿਆਦਾ ਪ੍ਰੈਕਟੀਕਲ ਕਰਨਗੇ ਉਨਾ ਹੀ ਉਹਨਾਂ ਨੂੰ ਅੱਗੇ ਇੰਡਸਟਰੀ ਦੇ ਵਿੱਚ ਜ਼ਿਆਦਾ ਕੰਮ ਕਰਨ ਦਾ ਮੌਕਾ ਮਿਲੂਗਾ। ਗੁਰਪ੍ਰੀਤ ਜੀ, ਗੱਲਬਾਤ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਜੀ। ਸੋ ਇਹ ਸਨ ਜੀ ਗੁਰਪ੍ਰੀਤ ਸਰ, ਜੋ ਕਿ ਲੇਅਰ ਸਲੂਨ ਐਂਡ ਅਕੈਡਮੀ ਦੇ ਐਮ ਡੀ ਸੀ। ਬਟ ਫਿਲਹਾਲ ਚੱਲਦੇ ਹਾਂ ਜੀ ਆਪਾਂ ਬਲਾਚੌਰ ਦੇ ਵਿੱਚ ਆਪਣੀ ਅਗਲੀ ਮੰਜ਼ਿਲ ਵੱਲ।